ਵੀਰ ਮੈਂ ਤੇ ਆਪ ਨੀ ਸਮਝ ਆ ਕੱਚਾ ਸ਼ਿਮਨ ਹੋ ਗਈ ਆ ਇੰਨੀ ਛੇਤੀ ਦੱਸ ਇਹ ਗੱਲ ਕਰਦਿਆਂ ਕਰਦਿਆਂ ਕਦੇ ਨਿਕਲ ਗਈ ਆ ਕਦੇ ਆ ਨਹੀਂ ਗਮਾਨ ਨਹੀਂ ਕਿੱਥੇ ਲਫਾ ਹੋ ਗਈ ਹੈ ਲੈ ਬਹੁਤੀ ਚਾਕਰ ਬੁੱਢੀ ਆ ਤੇ ਸਾਰੇ ਸਾਹਮਣੇ ਬੜੀ ਭੋਲੀ ਬਣ ਜਾਂਦੀ ਆ ਵਾਹ ਭੈਣ ਜੀ ਤੇਰੀਆਂ ਗੱਲਾਂ ਦਾ ਸਭ ਮੈਂ ਤੇਰੀਆਂ ਸੁਣ ਲਈਆਂ ਤੇਰਾ ਵਸ ਚੱਲੇ ਨਾ ਤੂੰ ਤੇ ਮੈਨੂੰ ਗੋਦੇ ਦੀ ਮੱਥਾ ਟੇਕਣ ਨਾ ਜਾਣ ਦਵੇਂ ਵੀ ਭੈਣਾ ਤੇਰੇ ਢਿੱਡ ਤੇ ਸਾਡੇ ਨੋਹਾਂ ਚ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਵਾ ਤੂੰ ਤੇ ਕੋਈ ਵੇਖ ਕੇ ਜਾਂਦੀ ਨੀ ਗੀ ਸਾਰਾ ਕੰਮ ਤੇਰਾ ਹੋਇਆ ਵਾ ਸਾਰਾ ਕਸੂਰ ਤੇਰਾ ਹੋਇਆ ਵਾ ਹੁਣ ਤੂੰ ਸੱਚੀ ਸਵਿੱਤਰੀ ਬਣ ਗਈ ਗੁਰਦੁਆਰੇ ਜਾ ਕੇ ਬਸ ਮੈਂ ਗੋਦੇ ਦੀ ਮੱਥਾ ਵੀ ਟੇਕਣ ਜਾ ਸਕਦੀ ਰਘਵੀਰ ਤੂੰ ਇਹਨੇ ਲੜਾਈ ਸਾਂਭ ਮੈਂ ਵੇਖਾਂ ਆਪਣੀ ਕੁੜੀ ਨੂੰ ਕਿੱਥੇ ਵੀ ਹੋਇਆ ਕੁੜੀ ਨੂੰ ਮੰਮੀ ਜੀ ਉਹ ਸੁੱਖ ਦੀਦੀ ਲੱਭਾ ਨਹੀਂ ਗਏ ਪਤਾ ਨਹੀਂ ਕਿੱਥੇ ਪਤਾ ਨਹੀਂ ਨਾ ਕਿੱਥੇ ਚਲ ਗਈ ਆ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਤੁਸੀਂ ਆਪਣੀ ਕੁੜੀ ਨੂੰ ਵੇਖੋ ਜਾ ਕੇ ਜਿੱਥੇ ਹੈਗੀ ਆ ਦੱਸ ਉਹ ਇੱਥੇ ਕਿਤੇ ਹੋਣੀ ਆਪਣੀ ਸਹੇਲੀ ਭੈਣ ਦੇ ਘਰ ਹੋਰ ਕਿੱਥੇ ਗਈ ਹੋਣੀ ਆ ਭੈਣ ਜੀ ਤੂੰ ਤੇ ਛੱਡ ਪਰੇਸ਼ਾਨ ਹੋ ਜਾਂਦੀ ਸਾਰਿਆਂ ਨੂੰ ਭਾਜੜਾ ਪਾਤੀਆਂ ਮਿੰਟੋ ਮਿੰਟ ਜਦੋਂ ਸਾਡੀ ਧੀ ਲੱਭਣੀ ਨਹੀਂ ਸਾਨੂੰ ਭਾਜੜਾ ਪੈਣੀਆਂ ਨਹੀਂ ਸਾਨੂੰ ਕਿੰਨਾ ਕਣਕਾ ਵਾ ਤੇਰੀ ਕੁੜੀ ਤੇਰੀ ਅੱਖਾਂ ਸਾਹਮਣੇ ਤੈਨੂੰ ਸਾਰਾ ਪਤਾ ਕਿ ਮੈਂ ਠੀਕ ਠਾਕ ਹਾਂ ਸਾਡੀ ਧੀ ਲੱਭ ਨਹੀਂ ਤੇ ਅਸੀਂ ਕੀ ਕਰੀਏ ਰੌਲਾ ਨਾ ਪਾਈਏ ਤੇ ਕੀ ਕਰੀਏ ਉਹ ਚੱਲ ਭਾਬੀ ਤੂੰ ਵੀ ਠੰਡੀ ਹੋ ਤੂੰ ਇਹ ਜਗ੍ਹਾ ਤੂੰ ਮੇਰੇ ਨਾਲ ਚੱਲ ਪੁੱਤ ਤੂੰ ਆਪਣੀ ਤਾਈ ਲੈ ਕੇ ਬਹਿ ਇਹਨੂੰ ਪਾਣੀ ਧਾਣੀ ਪਿਆਰ ਅਸੀਂ ਲੱਭ ਕੇ ਆਉਂਦੇ ਹਾਂ ਨਹੀਂ ਮੈਂ ਤਾਂ ਚੱਲ ਜੂੰਗੀ ਨਾਲ ਕੋਈ ਗੱਲ ਨਹੀਂ ਤੇ ਭੈਣ ਜੀ 2 ਮਿੰਟ ਮੈਂ ਮੱਥਾ ਟੇਕਣ ਕਾਹਦਾ ਚੱਲ ਗਈ ਤੂੰ ਤਾਂ ਕਿਤੇ ਘਰ ਚੁੱਕਣੇ ਲੱਲਿਆ ਓਏ ਆ ਜਾ ਛੱਡ ਗੱਲ ਨੂੰ ਹੁਣ ਨਹੀਂ ਸਾਡੇ ਘਰ ਤੇ ਭੈਣਾ ਟੈਨਸ਼ਨ ਪਈ ਆ ਪਤਾ ਨਹੀਂ ਕਿਹੜੇ ਵਾਲੇ ਜਵਾਬ ਦੇਤਾ ਮੁੰਡੇ ਵਾਲਿਆ ਜਵਾਬ ਦੇਤਾ ਤੇ ਅਸੀਂ ਟੈਨਸ਼ਨ 'ਚ ਪਏ ਆ ਤੈਨੂੰ ਗੁਰਦੁਆਰੇ ਮੱਥਾ ਟੇਕਣ ਦੀ ਪਈ ਆ ਤੂੰ ਹੋਰ ਕਿਹੜੇ ਕੰਮ ਨੂੰ ਗੁਰਦੁਆਰੇ ਗਈ ਆ ਤੈਨੂੰ ਮਿਲ ਗਈ ਹੋਣੀ ਆ ਖਬਰ ਕਿ ਉਧਰੋਂ ਮੁੰਡੇ ਵਾਲਿਆ ਨੇ ਦੇਤਾ ਜਵਾਬ ਤੇ ਮੈਂ ਭੱਜ ਕੇ ਆਪਣਾ ਮੱਥਾ ਟੇਕਿਆ ਤੇ ਆਪਣੀ ਸੁਖਣਾ ਪੂਰੀ ਕਰ ਆਇਆ ਵਾਂ ਤੇਰੀਆਂ ਚਲਾਕੀਆਂ ਨੂੰ ਮੈਂ ਜਾਣਦੀ ਆ ਉੱਤੋਂ ਕੋਹ ਤੇ ਵਿੱਚੋਂ ਕੋਹ ਤੂੰ ਵੀ ਚਲਾਕ ਬਣਦੀ ਬਹੁਤੀ ਜ਼ਿਆਦੀ ਜੇਠ ਦੇ ਸਾਹਮਣੇ ਭਾਜੀ ਭਾਜੀ ਕਹਿ ਕੇ ਮੇਰੀ ਬੇਇੱਜ਼ਤੀ ਕਰ ਉਹਨੇ ਗਾਲਾਂ ਫਰਾਉਣੀ ਮੈਨੂੰ ਆਪ ਤੋਂ ਚਾਦਰ ਬਣ ਜਾਂਦੀ ਆ ਹਾਏ ਕਿੱਥੇ ਚੱਲ ਪਈ ਹੋਊਗੀ ਪਾਣੀ ਦੀ ਬੋਤਲ ਲਿਆ ਕੁੜੀ ਕਿੱਥੇ ਚੱਲ ਗਈ ਹੋਊਗੀ ਮੇਰੀ ਹਾਏ ਰੱਬਾ ਅੱਜ ਕੱਲ੍ਹ ਜ਼ਮਾਨਾ ਕਿੱਦਾਂ ਦਾ ਵਾ ਕਿੱਥੇ ਹੋਊਗੀ ਦੱਸ ਕੀ ਕਮੀ ਮੇਰੇ ਚ ਜਿਹੜੇ ਨੇ ਖੱਤੇ ਮੈਨੂੰ ਰਿਜੈਕਟ ਕਰ ਗਏ ਆ ਚੱਲ ਰੋਂਦੀ ਰੋਂਦੀ ਰੀਲ ਹੀ ਬਣਾ ਕੇ ਪਾਉਂਦੀ ਆ ਕੋਈ ਨਾ ਕੋਈ ਤੇ ਮੈਨੂੰ ਪੁੱਛੂਗਾ ਹੀ ਨਾ ਵੀ ਕੀ ਗੱਲ ਹੋਈ ਆ ਚੱਲ ਰੀਲ ਤੇ ਬਣ ਗਈ ਹੁਣ ਮੈਂ ਪੋਸਟ ਵੀ ਕਰ ਦਿੰਦੀ ਆ ਕਹਿੰਦੇ ਸੱਚ ਮੈਂ ਸੰਦੀਪ ਨੂੰ ਫੋਨ ਲੈਂਦੀ ਆ ਮੇਰੇ ਨਿਆਣੇ ਆਉਂਦੀ ਵੀ ਭੇਜ ਦਿਓ ਹੈਲੋ ਹਾਂ ਸੰਦੀਪ ਜਿਹੜੇ ਤੂੰ ਨਿਆਣੇ ਆਉਂਦੀ ਨੀ ਟਿਊਸ਼ਨ ਵਾਲੀ ਉਹ ਭੇਜਦੀ ਮੈਂ ਪੜ੍ਹਾ ਦਿਆ ਕਰੂੰਗੀ ਹੁਣ ਮੈਨੂੰ ਨਹੀਂ ਪਤਾ ਰਿਸ਼ਤੇ ਦਾ ਕੀ ਹੋਇਆ ਹੁਣ ਆਹ ਤੂੰ ਮੈਨੂੰ ਰਿਜੈਕਟ ਕਰ ਗਈ ਮੈਨੂੰ ਨਹੀਂ ਪਤਾ ਤੂੰ ਬਹੁਤੀਆਂ ਗੱਲਾਂ ਨਾ ਮਾਰ ਅਤੇ ਮੈਨੂੰ ਭੇਜ ਦੇ ਨਿਆਣੇ ਜਿਹੜੇ ਪੜ੍ਹਾਉਣੇ ਆ ਟਿਊਸ਼ਨ ਵਾਲੇ ਮੈਂ ਪੜ੍ਹਾ ਦਿਆ ਕਰੂੰਗੀ ਮੈਨੂੰ ਨਹੀਂ ਪਤਾ ਦੱਸ ਜੀ ਇਹ ਪੁੱਛਣ ਡਈ ਆ ਤੇ ਹੋਰ ਜਾਣੇ ਵੀ ਪੁੱਛਣਗੇ ਮੈਨੂੰ ਤਾਂ ਪਤਾ ਵੀ ਨਹੀਂ ਹੈ ਵੀ ਮੈਨੂੰ ਕਿਹੜੀ ਗੱਲ ਨੂੰ ਰਿਜੈਕਟ ਕੀਤਾ ਮੈਂ ਉਹਨਾਂ ਨੂੰ ਕੀ ਦੱਸੂੰਗੀ ਦੱਸ
ਲੈ ਜਾਂਦੀ ਆ ਤੋੜ ਕੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਹਾਂਜੀ ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਹਾਂ ਵਧੀਆ ਵਧੀਆ। ਜਾ ਜਾਦਾ ਜੋ ਸਬਜ਼ੀ ਦਾ ਜਗਾੜ ਹੁਣ। ਹਾਂਜੀ ਉਹ ਮੈਂ ਵੇਖਣ ਡਈ ਸੀ, ਮੈਂ ਕਿਹਾ ਜੇ ਖੁਸ਼ਾਗਤ ਲੈ ਜਾਨੀ ਤੇ ਆ ਇੱਕ ਹੈਗਾ ਵਾ ਕੂਲਾ ਜਿਆ ਬੜਾ ਸੋਹਣਾ, ਮੈਂ ਕਿਹਾ ਇਹ ਤੋੜ ਲਈ। ਆਹੋ ਇਹਦਾ ਰਾਤਾ ਦਿੱਤਾ ਵੀ ਪੈਣਾ। ਸੱਚ ਭੈਣ ਜੀ ਮੈਂ ਤੁਹਾਨੂੰ ਇਹ ਪੁੱਛਣ ਆਈ ਸੀ, ਗੱਲਾਂ ਗੱਲਾਂ 'ਚ ਚੇਤਾ ਭੁੱਲ ਗਿਆ, ਸੁੱਖ ਨੀ ਕਿਤੇ ਤੁਹਾਡੇ ਵੱਲ ਆਈ? ਤੁਹਾਨੂੰ ਪਤਾ ਆ ਕੁੜੀ ਮੇਰੀ ਤੇ ਨਾਨਕੇ ਗਈ ਆ ਤੇ ਉਹਦੇ ਕਰਕੇ ਸੁੱਖ ਆ ਜਾਂਦੀ ਸੀ ਤੇ ਉਹ ਸੁੱਖ ਹੁਣ ਆਈ ਨੀ ਗੀ, ਦੋ ਤਿੰਨ ਦਿਨ ਹੋ ਗਏ ਸਾਡੇ ਵੱਲ ਤੇ। ਅੱਛਾ ਅੱਗੇ ਰਘਬੀਰ ਵੀ ਬੜੀ ਕਾਹਲੀ ਕਾਹਲੀ ਐਨ ਜਾਣ ਡਿਆ ਸੀ, ਕੀ ਗੱਲ ਹੋਈ ਆ? ਭੈਣ ਜੀ ਦੱਸ ਤੋ ਤੁਹਾਨੂੰ ਮੈਂ ਦਵਾਂ, ਪਰ ਜੇ ਮੈਂ ਗੱਲ ਕੀਤੀ ਨਾ ਤੇ ਗੱਲ ਕੀਤੀ ਚੁਗਲੀ ਹੋ ਜਾਣੀ ਆ ਤੇ ਤੁਸੀਂ ਮੇਰੀ ਜਠਾਣੀ ਜਾ ਕੇ ਦੱਸ ਦੇਣਾ ਵੀ ਤੇਰੀ ਦਰਾਣੀ ਇਹੋ ਜਿਹੀਆਂ ਗੱਲਾਂ ਕਰਦੀ ਸੀ। ਲੈ ਦੱਸ ਹਾਂ ਅੱਗੇ ਮੈਂ ਕਿਤੇ ਕਿੰਨੀਆਂ ਕੁ ਤੁਹਾਡੀਆਂ ਗੱਲਾਂ ਕਿਸੇ ਨੂੰ ਦੱਸ ਰਹੀ ਹਾਂ, ਮੇਰੀ ਤਾਂ ਆਦਤ ਹੀ ਨਹੀਂ ਇੱਦਾਂ ਦੀ ਹੈਗੀ ਵੀ ਇੱਥੋਂ ਸੁਣ ਕੇ ਤੇ ਉੱਥੇ ਜਾ ਕੇ ਗੱਲ ਕਰਦੇ ਨੇ। ਭੈਣ ਜੀ ਗੱਲ ਤਾਂ ਤੈਨੂੰ ਮੈਂ ਦੱਸਦਾ ਪਰ ਮੇਰੀ ਜਠਾਣੀ ਤੱਕ ਨਹੀਂ ਪਹੁੰਚਣੀ ਚਾਹੀਦੀ, ਜਿਹੜੀ ਸਾਡੀ ਸੁੱਖ ਵਾ ਨਾ ਉਹਦਾ ਹੋਇਆ ਸੀ ਵੇਖ ਵਿਖਾਲਾ ਤੇ ਉਹਨਾਂ ਨੇ ਕਰ ਦਿੱਤੀ ਆ ਨਾ ਤੇ ਉਦੋਂ ਦੀ ਨਹੀਂ ਸਾਡੀ ਕੁੜੀ ਲੱਭਣ ਦੀ ਹੈਗੀ। ਨਹੀਂ ਮੇਰੀ ਗੱਲ ਸੁਣੋ, ਮੈਨੂੰ ਕੀ ਲੋੜ ਆ ਤੁਹਾਡੀ ਜਠਾਣੀ ਨਾਲ ਕੋਈ ਗੱਲ ਕਰਨ ਦੀ, ਮੈਂ ਨਹੀਂ ਕੋਈ ਗੱਲ ਕਰਦੀ, ਤੁਸੀਂ ਬੇਫਿਕਰੇ ਹੋ ਕੇ ਰਹਿ ਤੂੰ। ਚੱਲ ਠੀਕ ਹੈ ਭੈਣ ਜੀ ਹੁਣ ਮੇਰੀ ਜਠਾਣੀ ਨਾਲ ਗੱਲ ਨਾ ਕਰੀ, ਨਾ ਨਾ ਸੱਚੀ ਦਿਨ ਰਾਤ ਨੀਂਦ ਨਹੀਂ ਆਉਣੀ। ਨਾ 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 ਕਦੀ ਵਾਸਤੇ ਨਹੀਂ, ਜੇ ਕਿਤੇ ਸੁਣ ਜਾਏਗੀ ਤੇ ਆਖੀ। ਸਾਰੇ ਘਰ ਖੋਲ ਮਾਰੇ ਆ, ਕਿਤੇ ਨਹੀਂ ਲੱਭੀ, ਪਤਾ ਨਹੀਂ ਸ਼ੁਭੈਣ ਜੀ ਕਿੱਥੇ ਚੱਲ ਗਈ ਆ, ਇੱਦਾਂ ਕਰਦੀ ਆ ਇੰਨਾ ਘਰ ਵਿਹਨੀ ਆ, ਲੱਭੇ ਚਾਹੇ ਨਾ ਲੱਭੇ ਪਰ ਇਹ ਚਾਹ ਬੜੀ ਸਵਾਦ ਬਣਾਉਂਦੇ ਆ, ਇਹਨਾਂ ਕੋਲ ਚਾਹ ਹੀ ਪੀ ਜੂਗੀ ਜਾਂਦੀ ਜਾਂਦੀ। ਇੱਥੇ ਆਈ ਜਾਂਦੇ ਮੂੰਹ ਲਮਕਾ ਕੇ ਬੈਠੀ ਜਾਂਦੇ ਆ, ਜਾਓ ਲੱਭਦੇ ਕਿਉਂ ਨਹੀਂ ਆ ਕੁੜੀ ਨੂੰ? ਉਹ ਤੋਂ ਤੇ ਬੋਲਣੋਂ ਹਟਦੀ ਨਹੀਂ ਸੀ, ਤੂੰ ਵੀ ਹੁਣ ਗਏ ਆ ਨਾ ਲੱਭਣ, ਹੁਣ ਆਪੇ ਲੱਭ ਕੇ ਲੈ ਆਉਂਦੇ ਆ। ਤੇ ਉਹਨਾਂ ਨੂੰ ਜ਼ਿਆਦਾ ਫਿਕਰ ਪਾ ਸਾਡੀ ਕੁੜੀ ਦਾ, ਤੁਸੀਂ ਲੱਭੋ ਹਾਂ ਆਪਣੀ ਧੀ ਨੂੰ। ਮੈਂ ਵੀ ਫਿਰਦਾ ਆਇਆ ਹੀ ਹਾਂ। ਫਿਰਦੇ ਆਏ ਤੁਸੀਂ? ਆਏ ਭੈਣ ਜੀ, ਤੂੰ ਤੇ ਸਾਨੂੰ ਆਪਣਾ ਸਮਝਿਆ ਨਹੀਂ, ਮੈਂ ਘਰ ਘਰ ਕੁੱਤੇ ਵਾਂਗੂ ਫਿਰ ਕੇ ਆਈ ਹਾਂ ਭਾਜੀ, ਤੇ ਫਿਰ ਵੀ ਭੈਣ ਜੀ ਦੀਆਂ ਗੱਲਾਂ ਵੇਖ ਲਾ, ਏਦਾਂ ਕਰੋ ਹਾਂ ਨਹਿਰ ਵੱਲ ਵੇਖ ਆਓ। ਹਾਏ ਨੀ ਭੈਣਾ ਛੁੱਪ ਛੁੱਪ ਬੋਲਨੀ, ਹਾਏ ਮੇਰੇ ਤੇ ਕੇ ਕੋਈ ਕਤੀ ਜਾਣ ਜੀ ਟੀ ਪਾਣੀ ਲਿਆ ਕੇ ਪਿਆ ਲਾ ਆਪਣੀ ਤਾਈ ਨੂੰ। ਅਹੇ ਜੇ ਸੁੱਖ ਨੂੰ ਕੋ ਹੋ ਗਿਆ ਤੇ ਫਿਰ? ਹਾਏ ਭਾਜੀ ਮੈਂ ਤੇ ਆਪ ਬੜੀ ਪਰੇਸ਼ਾਨ ਹੋ ਗਈ ਆ, ਕਿਤੇ ਮੈਂ ਕਹਿੰਦੀ ਆ ਵੀ ਜਿੰਨਾ ਦੇ ਘਰ ਮੈਂ ਕਦੇ ਨਹੀਂ ਨਾ ਗਈ, ਮੈਂ ਉਹਨਾਂ ਘਰ ਵੀ ਫੇਰਾ ਮਾਰਾ ਸੀ, ਮੈਂ ਉਹਨਾਂ ਨੂੰ ਪੁੱਛ ਆਈ ਤੁਹਾਡੀ ਸੁੱਖ ਤੇ ਨਹੀਂ ਆਈ। ਬਲਜੀਤ ਮੈਨੂੰ ਪਤਾ ਲੱਗਦਾ ਤੂੰ ਸਾਰੇ ਭੱਜੇ ਫਿਰਨ ਡੇ, ਸਾਰੇ ਡੇ ਆ ਭੱਜੇ ਫਿਰਨ। ਆ ਚੁੱਪ ਕਰੋ, ਰੌਲਾ ਪਾਓ, ਮੈਨੂੰ ਨਹੀਂ ਕੋਈ ਚੰਗਾ ਲੱਗਦਾ। ਤੇ ਨਹੀਂ ਦੱਸ ਰੌਲਾ ਪਾਉਂਦੇ, ਗੱਲ ਵੀ ਨਹੀਂ ਕਰ ਤੇਰੀ ਹੁਣ। ਹੈ ਜਾਓ ਲੱਭੋ ਕੁੜੀ ਨੂੰ ਜਾ ਕੇ। ਅਸੀਂ ਕਿੱਥੇ ਚੱਲੀਏ ਹੁਣ ਦੱਸ? ਪੀ ਲੈ ਪਾਣੀ, ਪੀ ਲੈ ਜੀ, ਪੀ ਲਓ, ਪੀ ਲਓ ਭੈਣ ਜੀ, ਆਹ ਪੀ ਲਓ ਪਾਣੀ। ਚੁੱਪ ਕਰ ਜਾ ਹੁਣ, ਤੇ ਮੰਮੀ ਕੋਠੇ ਤੇ ਵੀ ਕੋਈ ਜਾਣਾ ਆ ਜਾ।
ਤੂੰ ਮੇਰੀ ਧੀ ਫਿਕਰ ਨਾ ਕਰ, ਤੈਨੂੰ ਰਿਸ਼ਤਾ ਹੁਣ ਮੈਂ ਕਰਾਉਂਗੀ। ਮੈਂ ਨੀ ਚਾਚੀ ਜੀ, ਹੁਣ ਪਿਤੇ ਵੀ ਕਰਨਾ ਉਹਨਾਂ ਨੇ, ਫਿਰ ਮੈਨੂੰ ਚੈੱਕ ਕੋਠੇ ਤੇ ਬੈਠੀ ਸੀ ਉਹ ਸਾਡਾ ਸਾਹ ਸੁੱਕ ਗਿਆ ਕੋਠੇ ਤੋਂ ਕਰਦੀ ਹੈ। ਮੈਂ ਦੱਸਦਾ ਕਈ ਕੋਠੇ ਤੋਂ ਕਈ ਕੋਠੇ ਦੇ ਅੰਗਲਦੇ ਆ। ਭੈਣ ਜੀ ਮੈਂ ਵੀ ਤੈਨੂੰ ਗੱਲ ਕਰਨੀ ਸੀ, ਮੈਂ ਰਿਸ਼ਤਾ ਕਰਾਉਣੀ ਆਪਣੀ ਧੀ ਨੂੰ, ਠੀਕ ਹੀ ਨੀ ਗੱਲ? ਅਜੇ ਨੀ ਰਿਸ਼ਤਾ ਹੀ ਕਰਨਾ, ਅੱਗੇ ਉਹ ਆਖਣ ਡੇ ਵੀ ਰਿਜੈਕਟ ਕਰਤਾ, ਅਜੇ ਗਿੱਟਾ ਗਾਲੀ ਹੋ ਕਿੱਦਾਂ ਦੇ ਲੱਭਣੇ ਤੇ ਕਿੱਦਾਂ ਦੇ ਨਹੀਂ ਲੱਭਣੇ ਬਲਜੀਤ। ਭੈਣ ਜੀ ਮੈਂ ਤੇ ਤੇਰੇ ਨਾਲ ਗੱਲ ਕਰਨੀ ਸੀ, ਤੁਸੀਂ ਤੇ ਪਹਿਲਾਂ ਰਿਸ਼ਤਾ ਵੇਖ ਕੇ ਬਹਿ ਗਏ, ਉਹ ਕਿਤੇ ਮੁੰਡਾ ਮਾੜਾ ਥੋੜੀ ਆ, ਪੱਕਾ ਵਾ ਪੀ ਆਰ ਹੋਇਆ ਵਾ ਬਾਹਰ। ਕੌਣ ਵਾ ਮੁੰਡਾ? ਮੇਰੀ ਸਹੇਲੀ ਦਾ ਮੁੰਡਾ ਵਾ, ਕੈਨੇਡਾ ਪੱਕਾ ਵਾ। ਤੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੈਨੂੰ? ਉਹ ਵੀ ਨਹੀਂ ਤੇਰੇ ਨਾਲ ਗੱਲ ਕਰਨੀ, ਤੂੰ ਕੱਲ ਬਾਹਰ ਕੇ ਦੱਸਦਾ ਕਿ ਸੁੱਖ ਨੂੰ ਵੇਖ ਵਾਲਾ ਕਰਦਾ, ਬਣੇ ਟੋਪੀ ਕਰ ਗਈ। ਅਸੀਂ ਨਹੀਂ ਕਹਿ ਰਿਸ਼ਤਾ ਰਿਸ਼ਤਾ ਤੇਰਾ ਲੈਣਾ ਭੈਣਾ, ਨਾ ਸਾਨੂੰ ਰਿਸ਼ਤੇ ਤੇਰੇ ਦੀ ਲੋੜ ਹੀ ਆ। ਚੱਲ ਨੀ ਹੋਰ ਤੈਨੂੰ ਮੈਂ ਰੋਟੀ ਦਵਾਂ ਖਾ ਉੱਠ ਕੇ। ਭੈਣ ਜੀ ਮੇਰੀ ਗੱਲ ਸੁਣ, ਘਰ ਦਾ ਰਿਸ਼ਤਾ ਨਹੀਂ ਲੈਣਾ ਤੇ ਹੋਰ ਬਾਹਰੋਂ ਲੈਣਾ? ਬਾਹਰ ਵਾਲੇ ਨੇ ਵੇਖਿਆ ਨਾ ਕੀ ਕੀਤਾ ਵਾ, ਤੇ ਮੇਰਾ ਰਿਸ਼ਤਾ ਲੈਣ ਨੂੰ ਕਿਤੇ ਮੈਂ ਮਾੜਾ ਕਰਵਾਉਣਾ ਕਿਤੇ? ਸਾਰਾ ਟੱਬਰ ਅਗਲਾ ਬਾਹਰ ਵਾ, ਇੱਥੇ ਕੋਠੀਆਂ ਪਾਈਆਂ ਪਰ ਰਹਿੰਦੇ ਉੱਥੇ ਹੀ ਆ ਸਾਰੇ। ਭੈਣਾ ਅਸੀਂ ਤੇਰੇ ਘਰ ਦਾ ਦੁੱਧ ਨਹੀਂ ਲੈਣਾ ਤੇ ਤੂੰ ਰਿਸ਼ਤਿਆਂ ਦੀਆਂ ਗੱਲਾਂ ਕਰਨ ਡਈ ਆ? ਸਾਨੂੰ ਜਿੱਥੇ ਕਿਹੜਾ ਰਿਸ਼ਤਾ, ਜਿੱਥੇ ਮਰਜ਼ੀ ਰਿਸ਼ਤਾ ਕਰਾ, ਅਸੀਂ ਨਹੀਂ ਆ ਰਿਸ਼ਤਾ ਕਰਨਾ। ਹਾਂਜੀ ਦਵਿੰਦਰ ਆਪਾਂ ਵੇਖ ਲੈਨੇ ਆ, ਚੰਗਾ ਲੱਗੂਗਾ ਕਰਾਂਗੇ, ਜੇ ਨਾ ਚੰਗਾ ਲੱਗੂ ਨਾ ਕਰਾਂਗੇ। ਉਹ ਮਾੜੀ ਗੱਲ ਕਰਦੇ ਆ, ਇਹੋ ਗੱਲ ਮਾੜੀ ਆ, ਅਸੀਂ ਤੁਹਾਡੇ ਹੋਏ ਮਰ ਚੱਲੇ ਆ, ਤੂੰ ਸਾਨੂੰ ਫਿਰ ਬਗਾਨੇ ਦੇ ਬਗਾਨੇ ਸਭ ਛੱਡਦੀਆਂ ਨਾ। ਤੈਨੂੰ ਨਹੀਂ ਮੈਂ ਕੁਛ ਵੀ ਆਂਦੀ, ਆਹ ਜਿਹੜੀ ਉਤਰੋ ਵਾ ਨਾ ਇਹ ਚਾਰ ਚਫੇਰੇ ਵਗਦੀ ਹੋ, ਕਦੀ ਕਿਸੇ ਰੰਗ 'ਚ ਤੇ ਕਦੀ ਕਿਸੇ ਰੰਗ 'ਚ, ਰੰਗ ਹੀ ਬਦਲਦੀ ਹੋ। ਉਹ ਤਾਂ ਮੇਰੇ ਕਈ ਦਿਨ ਵੀ ਕੰਨ ਖਾਣੇ ਕਿ ਭਾਬੀ ਨੇ ਗੱਲ ਗੱਲ ਆਪਣੀ ਭਾਬੀ ਨੇ, ਮੈਂ ਤਾਂ ਆਪ ਨਹੀਂ ਗੱਲ ਕੀਤੀ, ਮੈਂ ਤਾਂ ਕੋਈ ਕੁੜੀ ਪੜ੍ਹ ਗਈ ਆ, ਪੜ੍ਹਾਈ ਪੂਰੀ ਫੇਰ ਗੱਲ ਕਰਨਾ। ਵੇਖਿਆ ਕਿੱਡਾ ਵੱਡਾ ਮੇਰੇ ਤੇ ਇਲਜ਼ਾਮ ਲਾਤਾ, ਮੈਂ ਕਿਹੜੀ ਦੱਸ ਤੁਹਾਨੂੰ ਮਾੜਾ ਕਹਿਣ ਡਈ ਆ, ਚੰਗਾ ਕਹਿਣ ਡਈ ਆ ਬਾਹਰ ਦਾ ਮੁੰਡੇ ਦਾ ਰਿਸ਼ਤਾ ਕਰਾਉਣ ਡਈ ਤੁਹਾਨੂੰ। ਦਵਿੰਦਰ ਤੂੰ ਵੀ ਆਪਣੀ ਜ਼ਬਾਨ ਨੂੰ ਥੋੜਾ ਲਗਾਮ ਦਿਆ ਕਰ, ਘਰ ਆਇਆਂ ਨੂੰ ਇਦਾਂ ਨਹੀਂ ਆਖ ਦੇਈਦਾ ਹੁੰਦਾ। ਉਹ ਚੱਲ ਬਲਜੀਤ ਚੱਲੀ ਆਪਾਂ ਵੀ। ਚੱਲ ਚਾਚੀ ਜੀ ਚੁੱਪ ਕਰ ਜਿਓ ਤੁਸੀਂ। ਚਲਾ ਉਦਾਂ ਸੁੱਖ ਭਾਜ ਮਨ ਚ ਨਾ ਮਨ, ਤੇਰੀ ਮਾਂ ਨੇ ਵੀ ਮੈਨੂੰ ਕਦੀ ਵੀ ਨਾਲ ਲਾਇਆ, ਮੈਂ ਤਾਂ ਤੁਹਾਡੀ ਹੋਈ ਮਰ ਚੱਲੀ ਆ। ਥੋੜੀ ਬਹੁਤੀ ਅਕਲ ਨੂੰ ਹੱਥ ਮਾਰ, ਜਿਹੜਾ ਗੱਲ ਆਂਦਾ ਜਿੰਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ, ਉਹ ਜੇ ਗੱਲ ਕਰ ਗਈ ਆ ਤੈਨੂੰ ਲੱਗਾ ਵੀ ਸਹੀ ਆ ਸਭ ਕੁਛ? ਕੁੜੀਆਂ ਤੇ ਕਿਤੇ ਸਿਰ ਨੀ ਚੁੱਕਦੀਆਂ ਜਦੋਂ ਕੋਈ ਗੱਲ ਕਰਦਾ ਰਿਸ਼ਤੇ ਦੀ, ਤੂੰ ਮਾਰ ਮੈਨੂੰ ਗਾਲੀ ਮਤਾ ਦੇ, ਨਹੀਂ ਚਾਚੀ ਦਾ ਰਿਸ਼ਤਾ ਚੰਗਾ, ਤੈਨੂੰ ਪਤਾ ਚਾਚੀ ਚੰਗੀ ਆ? ਹੈ ਚਾਚੀ ਨੇ ਕੱਲ ਜਦੋਂ ਇੱਥੇ ਰਿਸ਼ਤੇ ਵਾਲੇ ਆਏ ਸੀ ਉਦੋਂ ਕਿਹੜੇ ਲੋਕ ਭਾਨੀਆਂ ਮਾਰ ਕੇ ਗਈ ਆ ਕਿ ਰਿਸ਼ਤਾ ਹੋਵੇ ਨਾ? ਚਾਚੀ ਨੇ ਐਵੇਂ ਭਾਨੀ ਮਾਰੀ ਆ ਮੰਮੀ ਝੂਠ ਹੀ, ਕਿੰਨੀਆਂ ਗੱਲਾਂ ਉਹ ਕਰਦੀ ਇੱਥੇ ਕੁੜੀ ਨੇ। ਮੈਂ ਸਭ ਨੂੰ ਪੜ੍ਹ ਅੰਦਰ ਜਾ ਕੇ ਜਾ ਪੜ੍ਹ ਦੋਸਤ, ਬਾਹਰ ਦਾ ਰਿਸ਼ਤਾ ਵੀ ਵੇਖ ਹੀ ਲਿਆ ਨਾ, ਬਾਹਰ ਦਾ ਰਿਸ਼ਤਾ ਆਇਆ ਸੀ ਵੇਖ ਹੀ ਲਿਆ ਨਾ, ਕੋਈ ਸੁਰ ਨਾ ਜਵਾਬ ਨਾ ਕੋਈ, ਤੇ ਹੁਣ ਮਗਰ ਜਾ ਕੇ ਉਸੇ ਫੋਨ ਮੁੜ ਕੇ ਜਵਾਬ ਦੇ ਦਿੱਤਾ, ਇਹ ਤਾਂ ਸਗੋਂ ਘਰ ਦੀ ਰਹੀ ਕਰਾਉਣ ਤੂੰ ਚੰਗਾ ਹੀ ਕਰਾਉਗੀ। ਮੈਨੂੰ ਤਾਂ ਨਹੀਂ ਸਹੀ ਲੱਗਦਾ, ਤੁਹਾਨੂੰ ਚੰਗਾ ਲੱਗਦਾ ਤੇ ਵੇਖੀ ਜਾਓ ਤੇ ਘਰ ਜਾ ਕੇ ਵੇਖ ਲੈਨੇ ਆ। ਤੈਨੂੰ ਮੈਂ ਦੱਸਣ ਡਿਆ ਵੀ ਘਰ ਜਾ ਕੇ ਵੇਖ ਲੈਨੇ, ਜੇ ਘਰ ਸਾਨੂੰ ਚੰਗਾ ਲੱਗੂਗਾ ਮੁੰਡਾ ਚੰਗਾ ਲੱਗੂ ਤੇ ਕਰ ਲਾਂਗੇ। ਇੱਕ ਵਾਰ ਸਾਡੀ ਹੁਣ ਬੇਇੱਜ਼ਤੀ ਹੋਈ ਆ, ਉਹ ਸਰੀਕ ਸਿਹਰੇ ਲਾ ਕੇ ਨੀ ਢੁੱਕਦੇ, ਸਾਰੇ ਕੰਮ ਕਰਦੇ ਆ, ਮੁੜ ਕੇ ਫਿਰ ਬੇਇੱਜ਼ਤੀ ਕਰਾਉਣੀ ਉਹਨੇ ਤੁਹਾਡੀ, ਜਾਣਾ ਤੇ ਜਾਓ ਜੀ ਸਦਕੇ, ਚਲੋ ਵੇਖ ਲਓ ਮੈਂ ਕੀ ਆਖਣਾ। ਤੂੰ ਕਿੱਧਰ ਦੀ ਕਿੱਧਰ ਗੱਲਾਂ ਤੁਰੀ ਜਾਂਦੀ, ਆਪੇ ਆਪਣੇ ਮਨੋਂ ਹੀ ਲਾਈ ਜਾਂਦੀ ਆ ਨਾ, ਨਾਲ ਗੁੰਗੀ ਹੋ ਗਈਆਂ ਅੱਗੇ ਘਰ।
ਪੁੱਤ ਪਾਣੀ ਪੀਣ ਨਾਲ ਫਰਕ ਨੀ ਗਾ ਪੈਣਾ, ਇਹਦਾ ਸਿਰ ਚ ਪਾ। ਸੱਚੀ ਪਾ ਤਾਂ ਫਰਕ ਪੈ ਜੂਗਾ। ਆਹੋ ਡਾਲੋ ਮਜ਼ਾਕ ਚੰਗੀ ਤਰ੍ਹਾਂ, ਹੋਰ ਨੀ ਤੁਹਾਨੂੰ ਕੋਲ ਲੱਭਾ। ਸਿੱਧਾ ਮੂੰਹ ਬਣਾਇਆ ਵਾ, ਫੜ ਲਾ ਪਾਣੀ ਹੁਣ। ਜੋ ਤੁਸੀਂ ਕਰਦੇ ਉਹ ਵੀ ਉਹ ਕੋ ਕਰਦੀ ਆ। ਜਾਓ ਕਿਤੇ ਹੁਣ, ਇਹਨਾਂ ਨੂੰ ਰਿਸ਼ਤਾ ਚੰਗਾ ਲੱਭ ਜੂਗਾ ਨਾ, ਤੇ ਮੇਰਾ ਨਾਮ ਦਾ ਦਿਓ। ਨਹੀਂ ਬੰਦਾ ਹੌਸਲੇ ਨਾਲ ਗੱਲ ਕਰਦਾ, ਅੱਗੇ ਉਹ ਪਰੇਸ਼ਾਨ ਸੀ ਕੁੜੀ ਨੂੰ ਲੱਭਣ ਨਹੀਂ ਰਹੀ, ਤੇ ਤੂੰ ਠਾ ਸੁਟਾ ਮਾਰਦਾ ਮੈਂ ਰਿਸ਼ਤਾ ਕਰਾਉਣੀ ਹੈ। ਬੰਦਾ ਹੌਸਲੇ ਨਾਲ ਗੱਲ ਕਰਦਾ, ਬਾਅਦ ਭਾਵੇਂ ਮੰਨ ਹੀ ਜਾਂਦੇ, ਤੇ ਤੁਸੀਂ ਹੌਸਲਾ ਕਿਵੇਂ ਹਿਸਾਬ ਲਾਇਆ ਵਾ? ਤੇ ਫਿਰ ਕੀ ਹੋ ਗਿਆ, ਕਹਿਤਾ ਦੇ ਪਰੇਸ਼ਾਨ ਹੀ ਸਾਰੇ ਜਾਣੇ, ਮੈਂ ਚੱਲ ਇਹਨਾਂ ਨੂੰ ਹੌਸਲਾ ਜਿਹਾ ਦਿੰਦੀ ਹਾਂ ਵੀ ਮੈਂ ਰਿਸ਼ਤਾ ਕਰਾ ਦਿੰਦੀ। ਮੈਂ ਕਿਤੇ ਮਾੜਾ ਕਰਾਉਣਾ? ਮਾੜਾ ਤਾਂ ਨਹੀਂ ਕਰਾਉਣਾ, ਪਰ ਵੇਖੀ ਤੈਨੂੰ ਹਿਸਾਬ ਕਿਤਾਬ ਕਿੱਦਾਂ ਦਾ ਮਾਹੌਲ ਵਾ। ਇਹਨਾਂ ਦਾ ਤਾਂ ਮੂੰਹ ਇਤਨਾ ਹੀ ਰਹਿਣਾ ਵਾ। ਨਾਲੇ ਜਿਹੜੀ ਤੂੰ ਗੱਲ ਨਹੀਂ ਲਿਖਾਉਣਾ, ਨਹੀਂ ਰਿਸ਼ਤੇ ਵਾਸਤੇ ਚਾਹੀਦਾ ਕੀ ਆ, ਮੁੰਡਾ ਸੋਹਣਾ ਸੁਣਾਕਾ ਹੋਣਾ ਚਾਹੀਦਾ, ਨੌਕਰੀ ਵਾਲਾ ਹੋਣਾ ਚਾਹੀਦਾ, ਖਾਨਦਾਨੀ ਹੋਣਾ ਚਾਹੀਦਾ, ਉਹ ਲੱਭ ਪੈਣਾ ਵਾ। ਆਹੋ ਜਿਹੜਾ ਕਿ ਹੋਣਾ ਨਹੀਂ ਉਹਨਾਂ ਨੂੰ। ਕਿਉਂ ਨਹੀਂ ਹੋਣਾ? ਪੂਰੀ ਸਾਡੀ ਸੋਹਣੀ ਸੁਨੱਖੀ ਹੋਣਾ ਕਿ ਉਹਨੂੰ, ਸਾਰੇ ਕੰਮ ਹੀ ਹੋ ਜਾਣੇ ਨੇ। ਸੋਹਣੀ ਸੁਨੱਖੀ ਆ, ਹੋਰ ਕਰਤੂਤ ਹੈ ਨਹੀਂ ਇਹਨਾਂ 'ਚ ਕੱਖ ਵੀ। ਪਰ ਚੰਗਾ ਬਾਬਾ, ਤੇਰੇ ਨਾਲ ਵੀ ਵਾਰੀ ਆ ਸਕਦਾ, ਹੁਣ ਪਾਣੀ ਪੀੜੀ ਤਾਲੂ ਨਾਲ ਜ਼ਬਾਨ ਨਾਲ ਪਾ ਲਈ, ਮੈਂ ਆਪਣਾ ਕੰਮ ਕਰ ਆਵਾਂ ਕੋਈ। ਮੇਰੀ ਭਾਵੇਂ ਤਾਲੂ ਨਾਲ ਲੱਗੇ ਤੇ ਭਾਵੇਂ ਲੱਗੇ ਅਸਮਾਨ ਦੇ ਨਾਲ, ਤੁਹਾਨੂੰ ਕੀ ਲੱਗੇ? ਤੁਹਾਡਾ ਤੇ ਇਹੋ ਇਰਾਦਾ ਵਾ ਨਾ ਵੀ ਮਰ ਮੁੱਕ ਜਾਵੇ। ਠੰਡ ਪੈ ਜੂਗੀ ਤੁਹਾਨੂੰ ਸਾਰਿਆਂ ਨੂੰ, ਉਹਨਾਂ ਨੇ ਤੇ ਕਰਨਾ ਕਰਨਾ, ਤੁਸੀਂ ਉਹਨਾਂ ਨੂੰ ਵੱਖਰਾ ਕਰਕੇ ਦਿਖਾਉਂਦੇ। ਸਾਨੂੰ ਭੈਣ ਜੀ ਨੇ ਨੀ ਮੇਰੀਆਂ ਗੱਲਾਂ 'ਚ ਆਉਣਾ, ਇੱਦਾਂ ਕਰਦੀ ਹਾਂ ਸੁੱਖ ਨੂੰ ਆਪਣੀਆਂ ਗੱਲਾਂ 'ਚ ਲਿਆਉਂਦੀ ਹਾਂ। ਜਦੋਂ ਸੁੱਖ ਨੇ ਖਾਧੀ ਨਾ ਜਾਨ ਆਪਣੀ ਮਾਂ ਦੀ ਕਿ ਮੈਂ ਰਿਸ਼ਤਾ ਉੱਥੇ ਹੀ ਕਰਨਾ ਵਾ, ਵੇਖੀ ਕਿਤਨਾ ਆਉਂਦੀ ਰਿਸ਼ਤਾ ਲੈਣ ਮੇਰੇ ਕੋਲੋਂ, ਫਿਰ ਮੇਰੀ ਲੱਤ ਤੇ ਉੱਤੇ ਹੀ ਹੋਣੀ ਆ। ਭੈਣਾ ਵਰਕੇ ਥੱਲੀ ਜਾਏਗੀ ਕਿ ਪੜੇਗੀ ਵੀ ਕੁਛ? ਮੰਮੀ ਮੈਂ ਤਾਂ ਨਾ ਕੋਈ ਬੜੀ ਵਧੀਆ ਜੀ ਗੱਲ ਸੋਚਣ ਡਈ ਸੀ। ਕੀ ਸੋਚਣ ਡਈ ਤੂੰ? ਇਹ ਸੋਚਣ ਡਈ ਸੀ ਕਿ ਮੇਰੇ 'ਚ ਤਾਂ ਕੋਈ ਨੁਕਸ ਹੈ ਨਹੀਂ, ਪੱਕਾ ਮੰਮੀ ਮੁੰਡੇ ਦੀ ਅੱਖਾਂ ਖਰਾਬ ਹੋਣੀਆਂ ਜੀ। ਨਹੀਂ ਭੈਣਾ, ਵਾਰ ਵਾਰ ਉਹ ਗੱਲਾਂ ਕਰ ਕਰਕੇ ਨਾ ਮੇਰੇ ਜ਼ਖਮਾਂ ਦੇ ਲੂਣ ਨਾ ਛਿੜਕ ਤੂੰ, ਤੈਨੂੰ ਦੱਸਾਂ ਮੈਂ। ਤੇ ਮੰਮੀ ਗੱਲ ਦੀ ਡੂੰਘਾਈ ਤੱਕ ਨਹੀਂ ਜਾਈਦਾ ਹੁੰਦਾ, ਪਤਾ ਨਹੀਂ ਕਰੀ ਜਾਂਦੇ ਵੀ ਗੱਲ ਵਿੱਚ ਕੀ ਸੀ ਉਹਦੇ ਵਿੱਚ। ਤੂੰ ਇੰਨਾ ਕੁਛ ਵੇਖ ਲਿਆ ਕਿ ਮਿੰਟ 'ਚ ਬੈਠਿਆ ਬੈਠਿਆ? ਮੰਮੀ ਮੈਂ ਤਾਂ ਸੋਚਣ ਨਹੀਂ, ਵੇਖਿਆ ਤੇ ਨਹੀਂ, ਮੈਂ ਐਡੀ ਆਪਣੇ ਦਿਮਾਗ ਨਾਲ ਅੰਦਾਜ਼ੇ ਲਾਉਣ ਲਈ। ਚੱਲ ਠੀਕ ਆ, ਕੰਮ ਕਰ ਹੱਥ ਕੇ ਤੇ ਘਰ ਦਾ, ਜੇ ਨਹੀਂ ਪੜ੍ਹਨਾ ਫੋਨ ਤੇ ਪੜ੍ਹਾਈ ਕਰਦਾ, ਮੈਨੂੰ ਪਤਾ ਲੱਗ ਗਿਆ ਵਰਕੇ ਥੱਲੀ ਜਾਂਦੀ ਆ ਤੇ ਨਾ ਤੇ ਕੁਛ ਪੜ੍ਹਦੀ ਨਾ ਹੋਰ, ਉੱਠ ਕੇ ਕੰਮ ਕਰ ਲਾ, ਮੈਂ ਚੱਲੀ ਆ ਬਾਹਰ। ਬਾਹਰ ਕਿੱਧਰ ਮੰਮੀ? ਚੱਲੀ ਆ ਜੀਤੀ ਕੇ ਘਰ। ਮੰਮੀ ਮੈਨੂੰ ਵੀ ਲੱਜ, ਮੈਂ ਵੀ ਜੀਤੀ ਨੂੰ ਮਿਲ ਆਉਂਗੀ। ਜੀ ਤੂੰ ਕੀ ਮਿਲਣ ਜਾਣਾ ਜੀਤੀ ਨੂੰ? ਉਹਦੇ ਆਪਣੇ ਨਾਨਕੇ ਗਈ ਆ। ਤੇ ਮੰਮੀ ਹੁਣ ਤੇ ਆ ਗਈ ਹੋਣੀ, ਕਦੋਂ ਦੀ ਗਈ ਆ ਆਪਣੇ ਨਾਨਕੇ? ਉਹ ਦੋਵੇਂ ਮਾਵਾਂ ਧੀਆਂ ਇੱਕੋ ਜਿਹੀਆਂ ਘਰੋਂ ਜਾਈਏ ਤੇ ਚੰਗੀਆਂ ਨਹੀਂ ਲੱਗਦੀਆਂ, ਬੁਰੇ ਲੱਗੀਦਾ ਵਾ। ਆਖਣਾ ਇੱਕੋ ਜਿਹੀਆਂ ਮਾਵਾਂ ਧੀਆਂ ਤੁਰੀਆਂ ਜਾਂਦੀਆਂ, ਤੂੰ ਉੱਥੇ ਕੀ ਜੀਤੀ ਨੂੰ ਆਖਣਾ? ਤੁਸੀਂ ਵੀ ਤਾਂ ਚੱਲੇ ਸੀ ਮੰਮੀ। ਮੈਂ ਚੱਲੀ ਆ ਦੁੱਧ ਦਾ ਪਤਾ ਕਰਨ, ਉਹਨੂੰ ਮੈਂ ਆਖੂਗੀ ਵੀ ਦੁੱਧ 2 ਕਿਲੋ ਸਾਨੂੰ ਦੇ ਦਿਆ ਕਰ। ਤੇ ਜਿਹੜਾ ਮੰਮੀ ਆਪਾਂ ਚਾਚੀ ਵੀ ਨਾ ਕੋਈਨੇ ਆ, ਤੁਸੀਂ ਚਾਚੀ ਨਾਲ ਤਾਂ ਮੰਮੀ ਚੰਗਾ ਨਹੀਂ ਜੇ ਕਰਨ ਦੇ। ਤੂੰ ਕੀ ਨਹੀਂ ਚੰਗਾ ਕੀਤਾ ਚਾਚੀ ਨਾਲ? ਕੀ ਉਹਨੂੰ ਮੈਂ ਹਾਰ ਪਾਉਣੇ ਫੁੱਲਾਂ ਦੇ ਚਾਚੀ ਨੂੰ? ਚਾਚੀ ਨਾਲ ਮੰਮੀ ਦੁੱਧ ਕਿਹੜਾ ਮਾੜਾ ਹੁੰਦਾ, ਵਧੀਆ ਦਿੰਦੇ ਦੁੱਧ। ਤਾਂ ਹੀ ਤੇ 5-6 ਕਿਲੋ ਤੂੰ ਘਿਓ ਜੋੜ ਲਿਆ ਵਧੀਆ ਦੁੱਧ ਦਾ। ਤੇ ਮੰਮੀ ਤਾਂ ਤੁਹਾਡਾ ਫਰਜ਼ ਹੀ ਜੋੜਨਾ, ਮੇਰਾ ਥੋੜੀ ਫਰਜ਼ ਹੈ, ਤੁਸੀਂ ਵੇਚਦੇ ਆ ਵੀ ਕਿੱਦਾਂ ਜੋੜਨਾ ਕਿਉਂ? ਜਿੱਥੋਂ ਲੈਣ ਚੱਲੀ ਆ ਨਾ ਉਹ ਵੀ ਦੁੱਧ ਬਹੁਤ ਵਧੀਆ ਵਾ, ਗਈਆਂ ਡੰਗਰ ਵਾ ਉਹਨਾਂ ਦੇ ਘਰ, ਮੱਝਾਂ ਗਾਈਆਂ ਸੂਈਆਂ ਵਾ ਕਿਤੇ ਵਾਧੂ।
ਇੰਨਾ ਘਰ ਵਿੱਚ ਡੰਗਰ ਹੀ ਹੈ ਇਹ ਕਿਦੋਂ ਦਿੰਦੇ ਜਿਹੜੇ ਬੱਕਰੀਆਂ ਦਾ ਦੁੱਧ ਦੇਣ ਡਏ ਸਾਨੂੰ ਤੇ ਉਸ ਦੁੱਧ ਨੂੰ ਕੀ ਗੱਲ ਵਾ ਤੇ ਚੱਲ ਮੰਮੀ ਉਹ ਵਿਚਾਰੇ ਆਪਣੇ ਆ ਚਾਚੀ ਹੋਣੀ ਚਾਚੀ ਤੇਰੀ ਜਿਹੜੀ ਆ ਚਾਚੀ ਸੱਜੇ ਪੱਟੋ ਕੰਢੀ ਆ ਉਹ ਉਪਰੇ ਆ ਉਹ ਵੀ ਆਪਣੇ ਹੀ ਆ ਮੰਮੀ ਪਰ ਉਹ ਦੁੱਧ ਚ ਪਾਣੀ ਪਾ ਕੇ ਵੇਚਦੇ ਨੇ ਮੰਮੀ ਨੇ ਜੀਤੀ ਨੇ ਕਈ ਵਾਰੀ ਦੱਸਿਆ ਸੀ ਕਿ ਆਪਾਂ ਦੁੱਧ ਚ ਪਾਣੀ ਪਾ ਕੇ ਵੇਚਦੇ ਆ ਬਹੁਤੀਆਂ ਗੱਲਾਂ ਨਾ ਕਰ ਜੀਤੀ ਵੀ ਨਿਆਣੀ ਤੇ ਤੂੰ ਵੀ ਨਿਆਣੀ ਬਾਲਟੀ ਚ ਮਾੜਾ ਮੋਟਾ ਸਾਰੀ ਦੁਨੀਆ ਗਾਲ ਪਾ ਕੇ ਦੁੱਧ ਚ ਪਾ ਲੈਂਦੀ ਹੁੰਦੀ ਆ ਏਦਾਂ ਨੀ ਕੋਈ ਰੱਬ ਛੱਡਿਆ ਕਿਸੇ ਨੇ ਵੀ ਦੁੱਧ ਚ ਪਾਣੀ ਪਾ ਪਾ ਦਊਗਾ ਦੁੱਧ ਤੇ ਚੰਗੇ ਦਾ ਤੇ ਮਾੜੇ ਦਾ ਪਤਾ ਲੱਗ ਜਾਂਦਾ ਵਾ ਤੇ ਤੂੰ ਮੇਰੀ ਗੱਲ ਸੁਣਨਾ ਮੈਨੂੰ ਬਹੁਤੀਆਂ ਬੁਝਾਰਤਾਂ ਨਾ ਪਾ ਮੈਨੂੰ ਜਾਣ ਦੇ ਤੂੰ ਹੁਣ ਘਰੋਂ ਬਾਹਰ ਨਹੀਂ ਨਿਕਲਣਾ ਇਹ ਨਾ ਮੈਂ ਬਾਹਰ ਨਾ ਬੂਆ ਲੰਘਾ ਤੂੰ ਟੱਪ ਕੇ ਇੱਧਰ ਜੋਤੀ ਘਰ ਗਈ ਹੋਵੇ ਚਾਚੀ ਵੱਲ ਗਈ ਹੋਵੇ ਨਹੀਂ ਜਾਂਦੀ ਮੰਮੀ ਪੱਕਾ ਹੀ ਉਹ ਮੈਨੂੰ ਹੁਣ ਉੱਠ ਕੇ ਕੰਮ ਕਰਨਾ ਕੋਈ ਜੇ ਨਹੀਂ ਪੜ੍ਹਨਾ ਤੇ ਨਹੀਂ ਮੰਮੀ ਮੈਂ ਪੜ੍ਹ ਹੀ ਲੈਣੀ ਆ ਚੱਲ ਹਾਂ ਮੰਮੀ ਤਾਂ ਚੱਲੀ ਆ ਏਦਾਂ ਕਰਦੀ ਆ ਮੈਂ ਜੋਤੀ ਵੱਲ ਹੀ ਜਾਂਦੀ ਹਾਂ ਇੱਥੇ ਬਹਿ ਕੇ ਮੈਂ ਕੀ ਕਰਨਾ ਸੋਫੀ ਚਲੀ ਤੂੰ ਜੈ ਜੀ ਮੈਂ ਜੋਤੀ ਘਰ ਜਾਂਦੀ ਜੇ ਮੰਮੀਆਂ ਤੁਹਾਡੀਆਂ ਜਿੰਨਾ ਮਰਜ਼ੀ ਲੜ ਲੈਣ ਪਰ ਤੁਸੀਂ ਦੋਵਾਂ ਭੈਣਾਂ ਨੇ ਕਿਤੇ ਫਰਕ ਨਹੀਂ ਪੈਣ ਦੇਣਾ ਵਿੱਚ ਮੈਂ ਦੱਸੋ ਯਾਰ ਜੀ ਉਹਨਾਂ ਕਿਉਂ ਲੜਦਾ ਮੇਰੀ ਤਾਂ ਜੋਤੀ ਭੈਣ ਵਾ ਆਹੋ ਨਹੀਂ ਉਹ ਤਾਂ ਕੋਈ ਏਦਾਂ ਦੋਵੇਂ ਭੈਣਾਂ ਭੈਣਾਂ ਬਣ ਕੇ ਰਹਿਣਾ ਵਾ ਇਹ ਜੋ ਮਰਜ਼ੀ ਕਰਦੀਆਂ ਰਹਿਣ ਦਰਾਣੀ ਜੀ ਖਾਣੀ ਮੰਮੀ ਜਿਹੜੀ ਕਿੱਥੇ ਆ ਮੰਮੀ ਤੇ ਡੈਡੀ ਛੇਤੀ ਘਰ ਗਈ ਜੇ ਕਿਉਂ ਦੁੱਧ ਦਾ ਪਤਾ ਕਰਨਾ ਲੈ ਦਵਿੰਦਰ ਦਾ ਵੀ ਕੁਛ ਨਹੀਂ ਆ ਮੈਂ ਕਿਹਾ ਵੀ ਮੈਂ ਲੈ ਲੈਨੇ ਚਾਚੀ ਉਹਨਾਂ ਕੋਈ ਦੁੱਧ ਕਹਿੰਦੇ ਨਹੀਂ ਉਧਰੋਂ ਵੀ ਲਿਆਉਣਾ ਦੁੱਧ ਉਹਨਾਂ ਦਾ ਜ਼ਿਆਦਾ ਵਧੀਆ ਵਾ ਲੈ ਇਹ ਇੰਨਾ ਮੈਂ ਇਹ ਗੱਲ ਕਹਿਣਾ ਮੈਂ ਘਰ ਘਰੋਂ ਦੁੱਧ ਲੈ ਜਾਂਦੀ ਠੀਕ ਹੀ ਆਪਣੀ ਲੜਾਈ ਦਾ ਕਿਤੇ ਬਾਹਰ ਪਤਾ ਹੀ ਨਾ ਲੱਗਦਾ ਪਰ ਇਹ ਹੁਣ ਘਰ ਘਰ ਗੱਲ ਤੁਰਨੀ ਆ ਨਾ ਹਾਂ ਤੁਸੀਂ ਮੰਮੀ ਨੂੰ ਨਾ ਦੱਸਿਆ ਮੈਂ ਚਾਚੀ ਘਰ ਗਈ ਉਹ ਤੇ ਛੇਤੀ ਆ ਗਈ ਜਾਂਦਾ ਮੈਂ ਆ ਗਈ ਆ ਜਾ ਚਾਚੀ ਜੀ ਹਾਂ ਮੇਰੀ ਧੀ ਆਈ ਕੀ ਹੋਇਆ ਵਾ ਕਿੱਥੇ ਚਾਚੀ ਜੀ ਕੀ ਗੱਲ ਹੈ ਸਾਹੇ ਤੈਨੂੰ ਹੀ ਆਖਿਆ ਵਾ ਕਿਹਨੂੰ ਆਖਿਆ ਵਾ ਅੱਛਾ ਮੈਨੂੰ ਆਖਿਆ ਮੈਂ ਜੇ ਕਿ ਹੋਰ ਅੱਜ ਕੀ ਹੋਇਆ ਚਾਚੀ ਜੀ ਤੁਹਾਨੂੰ ਅੱਜ ਤਾਂ ਤੁਸੀਂ ਬੜਾ ਮਿੱਠਾ ਬੋਲਣ ਡਏ ਮੇਰੇ ਨਾਲ ਨੀਤੀ ਇਹ ਰਾਣੀ ਅੱਗੇ ਵੀ ਮੈਂ ਇਤਨਾ ਹੀ ਬੋਲਦੀ ਹਾਂ ਇਹ ਤੇਰੇ ਮਨ ਚ ਭੁਲੇਖਾ ਤੇ ਤੇਰੀ ਮਾਂ ਦੇ ਮਨ ਚ ਭੁਲੇਖਾ ਰਹਿ ਗਿਆ ਵਾ ਵੀ ਮੈਂ ਤੈਨੂੰ ਕਿਉਂ ਸਮਝਦੀ ਨੀ ਆਪਣੀ ਕੋ ਤੂੰ ਮੈਨੂੰ ਇਹ ਦੱਸ ਤੂੰ ਕੀ ਖਾਣਾ ਪੀਣਾ ਮੈਂ ਬਣਾ ਕੇ ਲਿਆਵਾਂ ਤੇਰੇ ਵਾਸਤੇ ਅੱਜ ਤੁਸੀਂ ਮੈਨੂੰ ਖਾਣ ਪੀਣ ਵਾਸਤੇ ਪੁੱਛਣ ਡੇ ਜੇ ਅੱਗੇ ਤੇ ਮੈਂ ਉੱਥੇ ਹਜੇ ਪੈਰ ਪਾਉਂਦੇ ਤੇ ਚਾਚੀ ਜੀ ਤੁਸੀਂ ਮੈਨੂੰ ਵੇਖ ਕੇ ਚੀਜ਼ਾਂ ਲਗਾ ਲੈਂਦੇ ਹੁੰਦੇ ਜੇ ਹਾਏ ਨੀ ਤੂੰ ਮੈਨੂੰ ਕਿੱਦਣ ਮੇਲਾ ਚੀਜ਼ਾਂ ਲਗਾਉਂਦੀ ਨੂੰ ਓਦਾਂ ਤੈਨੂੰ ਭੁਲੇਖਾ ਪਿਆ ਹੋਣਾ ਵਾ ਆਪਣੀ ਅੱਖਾਂ ਉੱਖਾਂ ਚੈੱਕ ਕਰਾ ਪਰ ਅੱਗੇ ਤੇ ਚਾਚੀ ਤੁਸੀਂ ਮੈਨੂੰ ਚੀਜ਼ ਦਿੰਦੇ ਨੀ ਹੁੰਦੇ ਹਰ ਵਾਰੀ ਮੋੜ ਦਿੰਦੇ ਹੁੰਦੇ ਵੀ ਹੈਨੀ ਹੈਨੀ ਜੇ ਤੇਰੇ ਨਾਲ ਪਿਆਰ ਵਾ ਨਾ ਤਾਂ ਇਹ ਸਾਰੀ ਗਲੀ ਮੈਂ ਘੁੰਮੀ ਅੱਜ ਉਹ ਜਿਹੜੀ ਤੇਰੀ ਸਹੇਲੀ ਆ ਜੀਤੀ ਉਹਦੇ ਘਰ ਮੈਂ ਵੇਖ ਕੇ ਆਈ ਤੇ ਤੂੰ ਕੋਠੇ ਤੇ ਛਦੇਣੇ ਚੜੀ ਨੀ ਆਪਣਾ ਕੰਮ ਕੱਢ ਦਿੰਦੀ ਹੁੰਦੀ ਪਰ ਮੈਂ ਛਾਲ ਨੀ ਮਾਰਦੀ ਚੱਲ ਆਹ ਕੰਮ ਵਧੀਆ ਵਾ ਇਹੋ ਜਿਹਾ ਕੰਮ ਕਰਨਾ ਵੀ ਨੀ ਚਾਹੀਦਾ ਅਗਲਿਆਂ ਦੇ ਤੇ ਮੂੰਹ ਪਾਟੇ ਆ ਅਗਲੇ ਵੇਖ ਕੇ ਤੇ ਗਾਂ ਹੋਏ ਆ ਦੱਸ ਤੂੰ ਕਿਹੜੀ ਮਾੜੀ ਲਈ ਸੀ ਚੰਗੀ ਭਲੀ ਗੋਰਾ ਤੇਰਾ ਰੰਗ ਸੋਹਣੀ ਸੁਨੱਖੀ ਹੈਗੀ ਨੈਣ ਨਕਸ਼ੇ ਇੰਨੇ ਸੋਹਣੇ ਤੇ ਪਤਾ ਨੀ ਕਿਹੜੀ ਗੱਲੋਂ ਸੁਭਾਅ ਮੰਤਰੇ ਨੇ ਦੇ ਦਿੱਤਾ ਕੀ ਪਤਾ ਚਾਚੀ ਜੀ ਮੈਨੂੰ ਤੇ ਆਪ ਨੀ ਸਮਝ ਲੱਗਣ ਦੀ ਫਿਰ ਜੇ ਤੁਸੀਂ ਮੈਨੂੰ ਕੁਛ ਖਵਾਉਣਾ ਫਿਰ ਮੈਨੂੰ ਮੈਗੀ ਬਣਾ ਦਿਓ ਚਾਲ ਬਣਾਉਣੀ ਆ ਮੈਂ ਤੇ ਕਹਿੰਦੀ ਮੰਤਰੇ ਦਾ ਇਹ ਚੁੱਕ ਭਲਾ ਨਾ ਹੋਵੇ ਮੈਂ ਤੇ ਇਹੋ ਕਹਿੰਦੀ ਆ ਕਿੰਨੇ ਚੰਗਾ ਕਿੰਨਾ ਸੋਚਦੇ ਮੇਰੇ ਵੱਲੋਂ ਚੱਲ ਮੈਂ ਤੇ ਬਾਤੇ ਮੈਗੀ ਬਣਾ ਕੇ ਤੇ ਜੋਤੀ ਕਿੱਥੇ ਆਹ ਜੋਤੀ ਅੰਦਰ ਬੈਠੀ ਪੜ੍ਹਨ ਡਈ ਹੈ ਚਲੋ ਮੈਂ ਜੋਤੀ ਲੈ ਕੇ ਮਿਲਣੀ ਫਿਰ ਹਾਂ ਬਹਿ ਸਾਨੀ ਦੀ ਆ ਗਈ ਤੇ ਮੇਰਾ ਤਾਂ ਮਨ
ਮੈਨੂੰ ਪਤਾ ਲੱਗਾ ਸੀ ਵੀ ਸੁੱਖ ਦਾ ਰਿਸ਼ਤਾ ਹੋਇਆ ਸੀ ਤੇ ਹੁਣ ਪਤਾ ਲੱਗਾ ਕਿ ਹਟ ਨੀ ਗਿਆ ਆ ਤੇ ਨਾਲੇ ਕਹਿਣ ਦੇ ਸੁੱਖ ਲੱਭਦੀ ਨੀਗੀ। ਹੈ ਤੁਹਾਨੂੰ ਕਿੱਦਾਂ ਪਤਾ ਲੱਗਾ? ਭੈਣ ਜੀ ਮੈਨੂੰ ਇੱਥੇ ਬਲਜੀਤ ਆਈ ਸੀ ਉਹ ਦੱਸ ਕੇ ਗਈ ਆ। ਉਹ ਕੀ ਆਂਦੀ ਆ? ਕਹਿੰਦੀ ਸੁੱਖ ਲੱਭਣ ਨੀ ਕਿਤੇ ਗਈ, ਉਹਦੇ ਵਿਚਾਰੀ ਦਾ ਰੰਗ ਵੀ ਉੱਡਿਆ ਸੀ, ਹੋਰ ਤਰ੍ਹਾਂ ਦੀ ਹੋਈ। ਚੱਲ ਠੀਕ ਆ ਭੈਣ ਜੀ, ਬਹਿ ਜਾਓ ਤੁਸੀਂ ਤੁਸੀਂ ਚੁੱਟ ਕੇ ਧੋਲੀ ਪਏ ਜੇ।